ਦੀ ਜ਼ਿੰਦਗੀ ਦਾ ਹਰ ਮੋੜ ਇੱਕ ਗਜ਼ਬ ਦੀ ਕਹਾਣੀ ਸੁਣਾ ਰਿਹਾ ਹੁੰਦਾ ਹੈ। ਬਿਲਕੁਲ ਇਹੋ ਜਿਹੀ ਇੱਕ ਕਹਾਣੀ ਹੈ ਜਰਨਲ ਸ਼ਬੇਗ ਸਿੰਘ ਜੀ ਦੀ। ਜਰਨਲ ਸ਼ਬੇਗ ਸਿੰਘ ਜੀ ਉਹੀ ਸਨ ਜਿਨ੍ਹਾਂ ਦੇ ਟ੍ਰੇਨਡ ਕੀਤੇ ਖਾੜਕੂ ਸਿੰਘਾਂ ਨੇ ਟੈਂਕ ਤੇ ਬਖਤਰਬੰਦ ਗੱਡੀਆਂ ਦੀ ਵੀ ਲੰਬੇ ਸਮੇਂ ਤੱਕ ਦਰਬਾਰ ਸਾਹਿਬ ਪਰਿਸਰ ਵਿੱਚ ਪੇਸ਼ ਨਹੀਂ ਜਾਣ ਦਿੱਤੀ ਸੀ। ਅੱਜ ਦੁਨੀਆ ਉਹਨਾਂ ਨੂੰ ਤੀਜੇ ਘੱਲੂਘਾਰੇ ਦੇ ਸੰਘਰਸ਼ ਕਰਕੇ ਯਾਦ ਕਰਦੀ ਹੈ, ਪਰ ਕੌਮ ਦੇ ਹੱਕਾਂ ਲਈ ਲੜੀ ਇਸ ਜੰਗ ਤੋਂ ਪਹਿਲਾਂ ਵੀ ਉਹ ਜੰਗੇ ਮੈਦਾਨ ਵਿੱਚ ਇੱਕ ਇਹੋ ਜਿਹਾ ਇਤਿਹਾਸ ਸਿਰ ਚੁੱਕੇ ਸਨ ਜਿਸ ਦਾ ਨਤੀਜਾ ਅੱਜ ਅਸੀਂ ਦੁਨੀਆ ਦੇ ਨਕਸ਼ੇ ਤੇ ਬੰਗਲਾਦੇਸ਼ ਦੇ ਰੂਪ ਵਿੱਚ ਵੇਖ ਸਕਦੇ ਹਾਂ। ਮੈਂ ਗੱਲ ਕਰ ਰਿਹਾ ਹਾਂ 73 'ਚ ਲੜੀ ਉਸ ਜੰਗ ਦੀ, ਜਦੋਂ ਦੁਨੀਆ ਦੇ ਇਤਿਹਾਸ 'ਚ ਕਿਸੇ ਵੀ ਫੌਜ ਨੇ ਸਭ ਤੋਂ ਵੱਡਾ ਆਤਮ ਸਮਰਪਣ ਕੀਤਾ ਸੀ, ਜਦੋਂ 91,000 ਪਾਕਿਸਤਾਨੀ ਫੌਜੀਆਂ ਨੇ ਦੋ ਸਿੱਖ ਜਰਨੈਲਾਂ ਜਗਜੀਤ ਸਿੰਘ ਅਰੋੜਾ ਤੇ ਜਨਰਲ ਸ਼ਬੇਗ ਸਿੰਘ ਅੱਗੇ ਹੱਥ ਖੜੇ ਕਰ ਦਿੱਤੇ ਸੀ। ਬਾਂਗਲਾਦੇਸ਼ ਦੀ ਜੰਗ ਜਿੱਤਣ ਵਿੱਚ ਜਨਰਲ ਸ਼ਬੇਗ ਸਿੰਘ ਜੀ ਦਾ ਅਹਿਮ ਰੋਲ ਸੀ। ਉਹਨਾਂ ਦੇ ਨਾਲ ਨਾਲ ਕਈ ਜਣਿਆਂ ਨੂੰ ਇਹ ਆਫਰ ਦਿੱਤਾ ਗਿਆ ਸੀ, ਪਰ ਬੇਗਾਨੀ ਧਰਤੀ 'ਤੇ ਜਾ ਕੇ ਇੰਨੀ ਖਤਰਨਾਕ ਡਿਊਟੀ ਕਰਨ ਲਈ ਕੋਈ ਹੋਰ ਤਿਆਰ ਨਹੀਂ ਹੋਇਆ ਸੀ, ਕਿਉਂਕਿ ਜਦੋਂ ਇਹੋ ਜਿਹੇ ਮਿਸ਼ਨ ਵਿੱਚ ਕੋਈ ਫੌਜੀ ਬੇਗਾਨੀ ਧਰਤੀ 'ਤੇ ਫੜਿਆ ਜਾਂਦਾ ਹੈ ਤਾਂ ਉਸਨੂੰ ਸ਼ਹੀਦ ਦਾ ਦਰਜਾ ਮਿਲਣਾ ਤਾਂ ਬੜੀ ਦੂਰ ਦੀ ਗੱਲ ਹੈ। ਆਪਣਾ ਦੇਸ਼ ਹੀ ਉਸਨੂੰ ਪਛਾਣਨ ਤੋਂ ਮਨਾ ਕਰ ਦਿੰਦਾ ਹੈ, ਕਿਉਂਕਿ ਜੇ ਉਹ ਮੰਨ ਲੈਣ ਕਿ ਸਾਡਾ ਫੌਜੀ ਤੁਹਾਡੇ ਦੇਸ਼ 'ਚ ਆ ਕੇ ਆਪੱਤੀਯੋਗ ਕੰਮਾਂ ਨੂੰ ਅੰਜਾਮ ਦੇ ਰਿਹਾ ਸੀ, ਤਾਂ ਫਿਰ ਗੱਲ ਬਹੁਤ ਅੱਗੇ ਵੱਧ ਜਾਂਦੀ ਹੈ ਅਤੇ ਦੁਸ਼ਮਣ ਦੇਸ਼ ਦੇ ਜਸੂਸਾਂ ਦੀ ਪਾਕਿਸਤਾਨ ਵਰਗੇ ਦੇਸ਼ ਕੀ ਹਾਲਤ ਕਰਦੇ ਹਨ ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ। ਪਰ ਜਨਰਲ ਸ਼ਬੇਗ ਸਿੰਘ ਦੇਸ਼ ਲਈ ਇੰਨੇ ਸਮਰਪਿਤ ਸਨ ਕਿ ਇਹ ਸਭ ਜਾਣਦੇ ਹੋਏ ਵੀ ਉਹਨਾਂ ਨੇ ਇਸ ਮਿਸ਼ਨ ਲਈ ਹਾਮੀ ਭਰ ਦਿੱਤੀ ਅਤੇ ਕਈ ਮਹੀਨਿਆਂ ਤੱਕ ਦੁਸ਼ਮਣ ਦੇਸ਼ 'ਚ ਮੁਸਲਮਾਨ ਪੇਸਟ ਰਹੇ ਅਤੇ ਬਾਗੀ ਫੌਜੀਆਂ ਨੂੰ ਆਜ਼ਾਦੀ ਦੇ ਸੰਘਰਸ਼ ਲਈ ਤਿਆਰ ਕੀਤਾ, ਜੋ ਕਿ ਇੱਕ ਹਾਈ ਰਿਸਕੀ ਅਤੇ ਪਹਾੜ ਜਿੱਡਾ ਕੰਮ ਸੀ। ਇਸ ਤੋਂ ਇਲਾਵਾ ਉਹਨਾਂ ਨੂੰ ਇਸ ਮਿਸ਼ਨ ਲਈ ਚੁਣੇ ਜਾਣ ਦਾ ਮੇਨ ਕਾਰਨ ਇਹ ਵੀ ਸੀ ਕਿ ਇਸ ਜੰਗ ਨੂੰ ਜ਼ਿਆਦਾਤਰ ਮੋਰਚਿਆਂ 'ਤੇ ਗੁਰੀਲਾ ਵਾਰ ਦੇ ਰੂਪ ਵਿੱਚ ਹੀ ਲੜਿਆ ਜਾਣਾ ਸੀ ਅਤੇ ਜਨਰਲ ਸ਼ਬੇਗ ਸਿੰਘ ਉਸ ਸਮੇਂ ਗੁਰੀਲਾ ਵਾਰ ਦੇ ਵਰਲਡ 'ਚ ਸਭ ਤੋਂ ਵੱਡੇ ਐਕਸਪਰਟ ਸਨ। ਹਾਂਜੀ ਬਿਲਕੁਲ ਠੀਕ ਸੁਣਿਆ ਤੁਸੀਂ, ਇੰਡੀਆ ਦੇ ਨਹੀਂ ਵਰਲਡ ਦੇ ਨੰਬਰ 1 ਉਹ ਸਰਕਾਰ ਵੱਲੋਂ ਭੇਜੇ ਜਾਣ 'ਤੇ ਕਈ ਦੇਸ਼ਾਂ ਦੀਆਂ ਆਰਮੀਜ਼ ਨੂੰ ਗੁਰੀਲਾ ਵਾਰ ਦੀ ਟ੍ਰੇਨਿੰਗ ਦੇ ਚੁੱਕੇ ਸਨ। ਬਾਂਗਲਾਦੇਸ਼ 'ਚ ਭੇਸ ਬਦਲ ਕੇ ਰਹਿੰਦਿਆਂ ਉਹਨਾਂ ਛੇਤੀ ਹੀ ਕਈ ਬਾਗੀ ਆਗੂਆਂ ਜਿਵੇਂ ਜਨਰਲ ਉਸਮਾਨੀ, ਮੇਜਰ ਜੀਆ ਅਤੇ ਕਈ ਹੋਰ ਵੱਡੇ ਅਫਸਰਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ। ਇਸ ਫੌਜ ਦਾ ਨਾਮ ਮੁਕਤੀਵਾਣੀ ਵੀ ਜਨਰਲ ਸ਼ਬੇਗ ਸਿੰਘ ਨੇ ਹੀ ਰੱਖਿਆ ਸੀ। ਜੇ ਉਹਨਾਂ ਦੇ ਜੰਗੀ ਤਜੁਰਬੇ ਦੀ ਗੱਲ ਕਰੀਏ ਤਾਂ ਉਹ ਬ੍ਰਿਟੇਨ ਵੱਲੋਂ ਵਰਲਡ ਵਾਰ 2 'ਚ ਬਰਮਾ ਦੀ ਧਰਤੀ 'ਤੇ ਜਪਾਨੀ ਸੈਨਾ ਨਾਲ ਮੱਥਾ ਲਾ ਚੁੱਕੇ ਸਨ। ਇਸ ਤੋਂ ਇਲਾਵਾ ਉਹਨਾਂ ਭਾਰਤ ਦੀ ਵੀ ਹਰ ਇੱਕ ਜੰਗ ਵਿੱਚ ਹਿੱਸਾ ਲਿਆ ਸੀ। ਇੱਕ ਵਾਰ ਜਦੋਂ ਹਾਜੀ ਪੀਰ ਦੇ ਇਲਾਕੇ ਵਿੱਚ ਜੰਗੇ ਮੈਦਾਨ ਵਿੱਚ ਸਨ ਤਾਂ ਉਹਨਾਂ ਨੂੰ ਆਪਣੀ ਮਾਤਾ ਜੀ ਦਾ ਟੈਲੀਗ੍ਰਾਮ ਮਿਲਦਾ ਹੈ ਕਿ ਪੁੱਤਰ ਸ਼ਬੇਗ, ਤੇਰੇ ਪਿਤਾ ਜੀ ਚੜ੍ਹਾਈ ਕਰ ਗਏ ਹਨ, ਛੇਤੀ ਘਰ ਆ ਜਾ। ਪਰ ਸ਼ਬੇਗ ਸਿੰਘ ਜੀ ਨੇ ਬਿਨਾਂ ਕਿਸੇ ਨੂੰ ਦੱਸੇ ਚੁੱਪ ਚਾਪ ਉਹ ਟੈਲੀਗ੍ਰਾਮ ਆਪਣੀ ਜੇਬ ਵਿੱਚ ਪਾ ਲਿਆ ਅਤੇ ਦੁਸ਼ਮਣ 'ਤੇ ਫਤਿਹ ਪਾਉਣ ਤੋਂ ਬਾਅਦ ਹੀ ਵਾਪਸ ਘਰ ਪਰਤੇ। ਭਾਵੇਂ ਉਹ ਅੰਤਿਮ ਵਾਰ ਆਪਣੇ ਪਿਤਾ ਦਾ ਚਿਹਰਾ ਦੇਖਣ ਤੋਂ ਵਾਂਝੇ ਰਹਿ ਗਏ, ਪਰ ਉਹਨਾਂ ਨੇ ਆਪਣੇ ਨਿੱਜੀ ਰਿਸ਼ਤਿਆਂ ਨਾਲੋਂ ਮੁਲਕ ਨੂੰ ਵੱਧ ਅਹਿਮੀਅਤ ਦਿੱਤੀ ਸੀ। ਸ਼ਬੇਗ ਸਿੰਘ ਜੀ ਨੇ ਕਦੀ ਵੀ ਅੱਖਾਂ ਬੰਦ ਕਰਕੇ ਸਰਕਾਰ ਦੇ ਆਦੇਸ਼ ਨਹੀਂ ਮੰਨੇ ਸਨ, ਉਹ ਹਮੇਸ਼ਾ ਸਹੀ ਦਾ ਹੀ ਸਾਥ ਦਿੰਦੇ ਸਨ। ਇਸੇ ਲਈ ਜਦੋਂ ਸਿਵਲ ਵਰਦੀਧਾਰੀ ਭਾਰਤੀ ਫੌਜ ਨੇ ਬਾਂਗਲਾਦੇਸ਼ੀਆਂ 'ਤੇ ਜ਼ੁਲਮ ਕਰਕੇ ਉਹਨਾਂ 'ਤੇ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਦਬਾਅ ਬਣਾਇਆ ਤਾਂ ਜਨਰਲ ਸ਼ਬੇਗ ਸਿੰਘ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ। ਬਾਂਗਲਾਦੇਸ਼ ਤਾਂ ਆਜ਼ਾਦ ਹੋ ਗਿਆ, ਪਰ ਉਹ ਇਹਨਾਂ ਸਭ ਕਾਰਨਾਂ ਕਰਕੇ ਸਰਕਾਰ ਦੀਆਂ ਅੱਖਾਂ 'ਚ ਰੜਕਣ ਲੱਗ ਪਏ। ਇਸੇ ਲਈ ਬਾਂਗਲਾਦੇਸ਼ ਦੀ ਜਿੱਤ ਦਾ ਕ੍ਰੈਡਿਟ ਸ਼ਬੇਗ ਸਿੰਘ ਜੀ ਨੂੰ ਦੇਣ ਦੀ ਥਾਂ ਜਨਰਲ ਅਰੋੜਾ ਅਤੇ ਜਨਰਲ ਸੈਮ ਨੂੰ ਦੇ ਦਿੱਤਾ ਗਿਆ। ਇਸ ਜੰਗ ਦੇ ਕੁਝ ਸਮੇਂ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ਼ਬੇਗ ਸਿੰਘ ਜੀ ਨੂੰ ਇੱਕ ਹੋਰ ਸਪੈਸ਼ਲ ਮਿਸ਼ਨ 'ਤੇ ਜਾਣ ਦਾ ਆਰਡਰ ਦਿੱਤਾ ਗਿਆ, ਪਰ ਉਹਨਾਂ ਨੇ ਇਸ ਮਿਸ਼ਨ ਨੂੰ ਨਜਾਇਜ਼ ਦੱਸਦੇ ਹੋਏ ਇਸ ਆਰਡਰ ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ। ਕੁਝ ਸਮਾਂ ਹੋਰ ਲੰਘਿਆ ਅਤੇ ਸੀਨੀਅਰਟੀ ਲਿਸਟ ਦੇ ਹਿਸਾਬ ਨਾਲ ਫੌਜ ਦੇ ਅਗਲੇ ਮੁਖੀ ਬਣਨ ਦੇ ਦਾਅਵੇਦਾਰ ਜਨਰਲ ਸ਼ਬੇਗ ਸਿੰਘ ਜੀ ਸਨ, ਪਰ ਸਰਕਾਰ ਇਹੋ ਜਿਹੇ ਅਹੁਦਿਆਂ 'ਤੇ ਹਮੇਸ਼ਾ ਯੈਸ ਮੈਨ ਅਫਸਰ ਹੀ ਅਪੁਆਇੰਟ ਕਰਨਾ ਚਾਹੁੰਦੀ ਹੈ ਜੋ ਚੰਗੇ ਮਾੜੇ ਦਾ ਫਰਕ ਕੀਤੇ ਬਿਨਾਂ ਸਰਕਾਰ ਦੀ ਹਰ ਨੀਤੀ ਨੂੰ ਪੂਰੇ ਪ੍ਰਭਾਵ ਨਾਲ ਉਸੇ ਤਰ੍ਹਾਂ ਲਾਗੂ ਕਰਨ ਜਿਵੇਂ ਸਰਕਾਰ ਚਾਹੁੰਦੀ ਹੈ। ਪਰ ਸ਼ਬੇਗ ਸਿੰਘ ਜੀ ਇਸ ਮਾਮਲੇ ਵਿੱਚ ਫਿੱਟ ਨਹੀਂ ਬੈਠਦੇ ਸਨ, ਸੋ ਉਹਨਾਂ ਨੂੰ ਚਾਰਜ ਦੇਣ ਦੀ ਥਾਂ ਰਸਤੇ 'ਚੋਂ ਹਟਾਉਣ ਦੀ ਸਾਜ਼ਿਸ਼ ਰਚੀ ਗਈ। ਆਰਮੀ 'ਚ ਅਰਬਾਂ ਖਰਬਾਂ ਰੁਪਏ ਦਾ ਬੋਫੋਰਸ ਘੁਟਾਲਾ ਹੋਇਆ, ਰਫੇਲ ਘੁਟਾਲਾ ਹੋਇਆ, ਇੱਥੋਂ ਤੱਕ ਕਿ ਸ਼ਹੀਦ ਫੌਜੀਆਂ ਦੇ ਕਫਨਾਂ ਨੂੰ ਵੀ ਨਹੀਂ ਛੱਡਿਆ ਗਿਆ। ਪਰ ਇਹਨਾਂ ਮਾਮਲਿਆਂ 'ਚ ਹਜੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ, ਬਟ ਜਨਰਲ ਸ਼ਬੇਗ ਸਿੰਘ ਜੀ 'ਤੇ ਆਰੋਪ ਲਗਾਇਆ ਗਿਆ ਕਿ ਉਹਨਾਂ ਮਿਲਟਰੀ ਦੇ ਇੱਕ ਟਰੱਕ ਨੂੰ ਘੱਟ ਦਾਮ 'ਤੇ ਖਰੀਦ ਲਿਆ ਹੈ। ਇਸ ਟਰੱਕ ਦਾ ਮੁੱਲ ਕੋਈ ਇੰਨਾ ਜ਼ਿਆਦਾ ਨਹੀਂ ਸੀ ਕਿ ਇੰਨੀ ਵੱਡੀ ਪੋਸਟ ਦਾ ਅਫਸਰ ਇੰਨੀ ਛੋਟੀ ਰਕਮ ਲਈ ਘਪਲਾ ਕਰੇ, ਪਰ ਸਾਜ਼ਿਸ਼ ਕਰਨ ਵਾਲਿਆਂ ਨੂੰ ਤਾਂ ਸਿਰਫ ਬਹਾਨਾ ਚਾਹੀਦਾ ਸੀ। ਇਸ ਤੋਂ ਇਲਾਵਾ ਇੱਕ ਆਰੋਪ ਇਹ ਵੀ ਲਗਾਇਆ ਗਿਆ ਕਿ ਉਹਨਾਂ ਮਿਲਟਰੀ ਦੇ ਇੱਕ ਜੂਨੀਅਰ ਅਫਸਰ ਤੋਂ ਇੱਕ ਚਾਂਦੀ ਦੀ ਪਲੇਟ ਤੋਹਫੇ ਵਿੱਚ ਲਈ ਹੈ। ਇਹਨਾਂ ਦੋ ਮਾਮੂਲੀ ਆਰੋਪਾਂ ਦੇ ਆਧਾਰ 'ਤੇ ਜਨਰਲ ਦੀ ਪੋਸਟ ਜੁਆਇਨ ਕਰਨ ਤੋਂ 2 ਦਿਨ ਪਹਿਲਾਂ ਹੀ ਉਹਨਾਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ।
ਉਹ ਗੱਲ ਅੱਡ ਹੈ ਕਿ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਕੋਰਟ ਕੇਸ 'ਚ ਇਸਦਾ ਫੈਸਲਾ ਆਇਆ ਤਾਂ ਉਹਨਾਂ ਨੂੰ ਬਾਈ ਜਿੱਤ ਬਰੀ ਕਰ ਦਿੱਤਾ ਗਿਆ। ਇਸ ਗੱਲ ਤੋਂ ਬੜੇ ਨਿਰਾਸ਼ ਹੋਏ, ਉਹਨਾਂ ਦਾ ਸਰਕਾਰ ਪ੍ਰਤੀ ਮੋਹ ਭੰਗ ਹੋ ਗਿਆ ਕਿ ਜਿਹੜੇ ਦੇਸ਼ ਦੀ ਮੈਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਸੇਵਾ ਕੀਤੀ ਉਹਨਾਂ ਨੇ ਅੱਜ ਮੈਨੂੰ ਆਹ ਸਿਲਾ ਦਿੱਤਾ। ਮਨ 'ਚ ਦਗੇਬਾਜ਼ੀ ਦੀ ਪੀੜ ਲਏ ਉਹਨਾਂ ਦੇ ਪੈਰ ਗੁਰੂ ਘਰ ਵੱਲ ਮੁੜ ਗਏ। ਉਹਨਾਂ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਿਆ। ਹਰਿਮੰਦਰ ਸਾਹਿਬ ਦੀ ਧਰਤੀ 'ਤੇ ਵਿਚਰਦਿਆਂ ਉਹਨਾਂ ਦਾ ਆਪਣੇ ਪੁਰਖਾਂ ਨਾਲ ਜੁੜਾਅ ਬਹੁਤ ਵੱਧ ਗਿਆ ਸੀ, ਕਿਉਂਕਿ ਕਿਸੇ ਸਮੇਂ ਉਹਨਾਂ ਦੇ ਪੁਰਖਾਂ ਨੇ ਵੀ ਇਸੇ ਧਰਤੀ 'ਤੇ ਹੀ ਜ਼ਾਲਮਾਂ ਨੂੰ ਸੋਧਾ ਲਾਇਆ ਸੀ। ਜੇ ਗੱਲ ਕਰੀਏ ਸ਼ਬੇਕ ਸਿੰਘ ਜੀ ਦੇ ਪਿਛੋਕੜ ਦੀ, ਤਾਂ ਅਬਦਾਲੀ ਦੇ ਰਾਜ ਵਿੱਚ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾਣ ਵਾਲੇ ਦੋ ਸੂਰਮੇ ਸਨ, ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਮਹਿਤਾਬ ਸਿੰਘ ਜੀ ਪੰਗੂ। ਇਹਨਾਂ ਮਹਿਤਾਬ ਸਿੰਘ ਜੀ ਦਾ ਪੋਤਾ ਸੀ ਸਰਦਾਰ ਰਤਨ ਸਿੰਘ ਪੰਗੂ, ਜਿਸਨੇ ਸਿੱਖ ਕੌਮ ਦੀ ਮਹਾਨ ਰਚਨਾ ਸ਼੍ਰੀ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਸੀ। ਅਤੇ ਇਹਨਾਂ ਸੂਰਮੇ ਦੇ ਵਿਦਵਾਨਾਂ ਦੀ ਕੁੱਲ 'ਚੋਂ ਹੀ ਅੱਗੇ ਪੰਜਵੀਂ ਪੀੜ੍ਹੀ 'ਚ ਸਰਦਾਰ ਭਗਵਾਨ ਸਿੰਘ ਜੀ ਦੇ ਘਰ ਜਨਮ ਲਿਆ ਸੀ ਜਨਰਲ ਸ਼ਬੇਕ ਸਿੰਘ ਜੀ ਨੇ। ਉਹਨਾਂ ਦੀ ਮਾਤਾ ਜੀ ਦਾ ਨਾਮ ਬੀਬੀ ਪ੍ਰੀਤਮ ਕੌਰ ਸੀ ਅਤੇ ਉਹ ਆਪਣੇ ਪੰਜ ਭੈਣ ਭਰਾਵਾਂ 'ਚ ਸਭ ਤੋਂ ਵੱਡੇ ਸਨ। ਮੁੱਢਲੀ ਵਿੱਦਿਆ ਤੋਂ ਬਾਅਦ ਉਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਅਤੇ ਫਿਰ ਉੱਚ ਸਿੱਖਿਆ ਲਈ ਗੌਰਮੈਂਟ ਕਾਲਜ ਲਾਹੌਰ ਜੁਆਇਨ ਕੀਤਾ। ਉਹਨਾਂ ਦੀ ਦਲੇਰੀ ਦਾ ਅੰਦਾਜ਼ਾ ਸਿਰਫ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲਾਹੌਰ ਕਾਲਜ 'ਚ ਹੋਏ ਬ੍ਰਿਟਿਸ਼ ਆਰਮੀ ਦੇ ਟ੍ਰੇਨਿੰਗ ਟ੍ਰਾਇਲ ਨੂੰ ਪਾਸ ਕਰਕੇ ਆਰਮੀ ਨੂੰ ਜੁਆਇਨ ਕਰਨ ਵਾਲੇ ਉਹ ਲਾਹੌਰ ਜ਼ਿਲ੍ਹੇ ਦੇ ਸਿਰਫ ਇੱਕੋ ਇੱਕ ਕੈਂਡੀਡੇਟ ਸਨ। ਜੇ ਗੱਲ ਕਰੀਏ ਉਹਨਾਂ ਦੇ ਗਿਆਨ ਪੱਖ ਦੀ, ਤਾਂ ਉਹ ਹਿੰਦੀ, ਪੰਜਾਬੀ ਅਤੇ ਇੰਗਲਿਸ਼ ਤੋਂ ਇਲਾਵਾ ਗੁਰਖਾਲੂ, ਬਾਂਗਲਾ, ਉਰਦੂ ਅਤੇ ਪਰਸ਼ੀਅਨ ਭਾਸ਼ਾ ਬੋਲਣ ਵਿੱਚ ਵੀ ਨਿਪੁੰਨ ਸਨ। ਆਪਣੇ ਵਡੇਰਿਆਂ ਦੀ ਲੀਹ 'ਤੇ ਤੁਰਦਿਆਂ ਸਿੱਖੀ ਨੂੰ ਜੀਵਨ ਸਮਰਪਿਤ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਸ਼ਬੇਕ ਸਿੰਘ ਜੀ ਦੀਆਂ ਪਹਿਲਾਂ 2-3 ਮੀਟਿੰਗਾਂ ਹਰਚੰਦ ਸਿੰਘ ਲੌਂਗਵਾਲ ਨਾਲ ਹੋਈਆਂ, ਪਰ ਉਹਨਾਂ ਨੂੰ ਛੇਤੀ ਹੀ ਸਮਝ ਆ ਗਿਆ ਕਿ ਅਕਾਲੀ ਦਲ ਦੀ ਦੌੜ ਸਿਰਫ ਕੁਰਸੀ ਤੱਕ ਹੈ। ਇਸ ਤੋਂ ਬਾਅਦ ਉਹ ਸੰਤ ਭਿੰਡਰਾਂਵਾਲਾ ਜੀ ਨੂੰ ਮਿਲੇ। ਦੋਹਾਂ ਸੂਰਮਿਆਂ ਦੇ ਵਿਚਾਰ ਕਾਫੀ ਮਿਲਦੇ ਸਨ। ਸੰਤ ਜੀ ਦੀ ਸੱਚੀ ਸੁੱਚੀ ਸ਼ਖਸੀਅਤ ਨੂੰ ਪਛਾਣ ਕੇ ਉਹਨਾਂ ਸੰਤ ਜੀ ਦੀ ਅਗਵਾਈ ਵਿੱਚ ਇਸ ਮੂਵਮੈਂਟ ਨੂੰ ਜੁਆਇਨ ਕਰ ਲਿਆ। ਉਹਨਾਂ ਦਿਨਾਂ 'ਚ ਸਿੱਖਾਂ ਵੱਲੋਂ ਜੇਲ੍ਹਾਂ ਭਰੋ ਮੂਵਮੈਂਟ ਚੱਲ ਰਿਹਾ ਸੀ। ਸਰਕਾਰ ਦੇ ਦਬਾਅ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਸਾਰੇ ਸਰਕਾਰੀ ਢਾਂਚੇ ਦੀ ਬਾਗਡੋਰ ਸਿਰਫ ਇੱਕੋ ਪਾਰਟੀ ਦੇ ਹੱਥ ਵਿੱਚ ਸੀ।